ਪਾਵੇ ਨਾਮ ਬਿਨਾ ਦੁੱਖ, ਹਰ ਕੇ ਨਾਮ ਬਿਨਾ ਦੁੱਖ, ਸਰ ਜਪੋ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਨਾਮ ਬਿਨਾ ਦੁੱਖ ਪਾ, ਹਰ ਕੇ ਨਾਮ ਬਿਨਾ ਦੁੱਖ, ਗਜ ਕੇ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ। ਇਹ ਕਿਹਨੇ ਕਿਹਾ ਭਾਈ? ਕਹਿੰਦੇ ਗੁਰੂ ਨੇ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਭਗਤ ਬਿਨਾ ਸੈਸਾ ਨੇ ਚੁੱਕੇ, ਗੁਰੇ ਭੇਦ ਬਤਾਵੇ। ਭਾਈ ਇਹ ਭੇਤ ਦੀ ਗੱਲ ਗੁਰੂ ਨੇ ਕਹੀ ਹੈ, ਦੁਨੀਆ ਦੇ ਲੋਕੋ ਨਾਮ ਤੋਂ ਬਿਨਾਂ ਦੁੱਖ ਪਾਣੇ, ਨਾਮ ਤੋਂ ਬਗੈਰ ਦੁਖੀ ਹੋਈਦਾ ਤੇ ਮਹਾਰਾਜ ਸੁੱਖ ਕਿਵੇਂ ਮਿਲਦਾ? ਫਿਰ ਸਾਹਿਬ ਕਹਿੰਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਗੱਜ ਕੇ ਸਿਮਰੋ ਸਿਮਰ ਸਿਮਰ ਸਿਮਰੋ ਸਿਮਰ ਸਿਮਰ, ਕਲ ਕਲੇਸ਼ ਤਨ ਮਾਹੇ ਮਿਟਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਕਲ ਕਲੇਸ਼ ਤਨ, ਕਲ ਕਲੇਸ਼, ਜਿੰਨੇ ਤੁਸੀਂ ਬੈਠੇ ਹੋ ਨਾ ਤੁਹਾਡੀ ਆਵਾਜ਼ ਨਹੀਂ ਆਉਂਦੀ, ਚਾਹ ਛੱਕ ਲਈ ਤੁਸੀਂ ਪਕੌੜਿਆਂ ਨਾਲ, ਛੱਕ ਲਈ ਚਾਹ, ਫਿਰ ਗੱਜ ਕੇ ਬੋਲੋ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਪਾਵੋ, ਸਿਮਰੋ, ਵਾਹ ਵਾਹ ਵਾਹ, ਸਿਮਰ ਸਿਮਰ ਸੁਖ ਪਾਵੋ, ਸਿਮਰੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਕਲ ਕਲੇਸ਼ ਤਨ, ਕਲ ਕਲੇਸ਼, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਪਾਵੋ, ਸਿਮਰੋ, ਆਖੋ ਸਤਨਾਮ ਸ੍ਰੀ, ਗੱਜ ਕੇ ਬੋਲਿਆ ਕਰੋ ਸਤਨਾਮ ਸ੍ਰੀ, ਕਿਉਂਕਿ ਨਾਮ ਜਪਣ ਨਾਲ ਸੁੱਖ ਮਿਲਣਾ। ਦੁਨੀਆਂ ਵਿੱਚ ਲੋਕ ਸਭ ਕੁਝ ਹੁੰਦਿਆਂ ਦੁਖੀ ਨੇ, ਅੱਜ ਵਿਗਿਆਨ ਇਸ ਗੱਲ 'ਤੇ ਪਰੇਸ਼ਾਨ ਹੈ, ਮੈਡੀਕਲ ਸਾਇੰਸ, ਕਿ ਭਾਈ ਇੱਕ ਦੁੱਖ ਦਾ ਇਲਾਜ ਲੱਭੀਦਾ ਜਾਨੂੰ ਦੂਜਾ ਨਿਕਲ ਆਉਂਦਾ, ਇੱਕ ਦੁੱਖ ਦਾ ਇਲਾਜ ਹੁੰਦਾ ਜਾਨੂੰ ਬੰਦਾ ਦੂਜੇ ਦੁੱਖ ਨਾਲ ਕੋਈ ਪੀੜਿਤ ਹੋ ਰਿਹਾ।
ਉਹਦਾ ਰੀਜ਼ਨ ਇਹ ਹੈ ਭਾਈ, ਲੋਕ ਨਾਮ ਤੋਂ ਟੁੱਟ ਗਏ ਨੇ। ਨਾਮ ਤੋਂ ਟੁੱਟਣ ਤੋਂ ਬਾਅਦ ਕੀ ਹੁੰਦਾ? ਜੀਵਨ ਦੇ ਅੰਦਰ ਕਾਮ ਕ੍ਰੋਧ ਲੋਮੋ ਹੰਕਾਰ ਵੱਧਦਾ। ਜਿਹੜੇ ਮਨ ਦੇ ਪੰਜ ਤੱਤ ਨੇ ਨਾ, ਉਹਨਾਂ ਵਿੱਚੋਂ ਕਾਮ ਕ੍ਰੋਧ ਲੋਮੋ ਹੰਕਾਰ ਵੱਧਦਾ। ਅੱਜ ਦੁਨੀਆਂ ਵਿੱਚ ਇੰਨਾ ਕ੍ਰੋਧ ਹੈ, ਉਸ ਕ੍ਰੋਧ ਦਾ ਕੋਈ ਇਲਾਜ ਨਹੀਂ ਹੋ ਰਿਹਾ। ਕੋਈ ਬੰਦਾ ਬਜ਼ੁਰਗ ਹੋ ਜਾਏ 60-70 ਸਾਲ ਦਾ, ਚਲੋ ਭਾਈ ਉਹਦਾ BP ਸਮਝ ਆਉਂਦੀ ਹੈ। ਜੇ 30-20 ਸਾਲ ਦੇ ਬੱਚੇ ਨੂੰ ਬਲੱਡ ਪ੍ਰੈਸ਼ਰ ਹੋ ਰਿਹਾ ਤਾਂ ਸੋਚਣ ਦੀ ਗੱਲ ਹੈ, ਇਹਨੂੰ ਇੰਨਾ BP ਕਿਉਂ ਵੱਧ ਹੈ? ਆਹ ਤੁਹਾਡੇ ਨੈੱਟ ਉੱਤੇ ਇੱਕ ਖਬਰ ਚੱਲੀ ਹੈ ਮੋਬਾਈਲਾਂ 'ਚ, 20ਵੇਂ ਸਾਲ ਵਿੱਚ ਮੁੰਡੇ ਦੀ ਉਮਰ ਹੈ 20 ਸਾਲ ਦੀ, ਉਹਨੇ ਘਰ ਦੇ ਰਿਵੋਲਵਰ ਨਾਲ ਘਰ ਦੇ 5 ਜੀਆਂ ਨੂੰ ਮਾਰ ਦਿੱਤਾ ਗੋਲੀ ਮਾਰ ਕੇ। ਹੁਣ ਉਹਨੂੰ ਪੁਲਿਸ ਪਕੜ ਕੇ ਜਦੋਂ ਲੈ ਕੇ ਗਈ ਮੀਡੀਆ ਦੇ ਸਾਹਮਣੇ, ਉਹ ਕਹਿ ਰਿਹਾ ਸੀ ਮੈਨੂੰ ਵੀ ਕੋਈ ਗੋਲੀ ਮਾਰ ਦਿਓ। ਉਹ ਤਾਂ ਜਿਉਂਦਾ ਹੀ ਮਰ ਗਿਆ ਨਾ, ਸਾਰੇ ਜੀ ਮਾਰਤੇ, ਹੁਣ ਸਾਰੀ ਉਮਰ ਜੇਲ੍ਹ ਵਿੱਚ। ਇੰਨਾ ਕ੍ਰੋਧ ਕਿਸੇ ਨੂੰ 20 ਸਾਲ ਦੀ ਉਮਰ 'ਚ ਆ ਸਕਦਾ ਕਿ ਆਪਣੇ ਮਾਂ ਪਿਓ ਭੈਣ ਭਰਾ ਸਭ ਘਰ ਦੇ ਜੀ ਮਾਰ ਦਿੱਤੇ? ਅੱਜ ਦੁਨੀਆਂ ਦੇ ਅੰਦਰ ਇੰਨਾ ਕ੍ਰੋਧ ਵੱਧ ਗਿਆ, ਹਰ ਪੇਰੈਂਟਸ ਦੀ ਕੋਈ ਪਰੇਸ਼ਾਨੀ ਹੈ। ਸਾਡੇ ਬੱਚੇ ਗੁੱਸਾ ਬਹੁਤ ਕਰਦੇ ਜੀ, ਇਹਨੂੰ ਗੁੱਸਾ ਬਹੁਤ ਆਉਂਦਾ ਜੀ, ਇੰਨੀ ਛੋਟੀ ਉਮਰ 'ਚ ਗੁੱਸਾ। ਭਾਈ ਇਹ ਕ੍ਰੋਧ ਜਿਹੜਾ, ਇਹ ਦੋ ਜਣਿਆਂ ਦਾ ਨੁਕਸਾਨ ਕਰਦਾ, ਇੱਕ ਤਾਂ ਸਾਹਮਣੇ ਵਾਲੇ ਦਾ, ਚਾਹੇ ਘਰ ਵਿੱਚ ਹੋਵੇ ਚਾਹੇ ਬਾਹਰ ਕਿਸੇ ਨਾਲ ਲੜ ਪਏ। ਦੂਜਾ ਕ੍ਰੋਧ ਉਹ ਬੰਦੇ ਦਾ ਵੀ ਨੁਕਸਾਨ ਕਰਦਾ ਜਿਹਨੂੰ ਕ੍ਰੋਧ ਆ ਰਿਹਾ। ਸਤਿਗੁਰਾਂ ਬਾਣੀ ਅੰਦਰ ਬਚਨ ਕਿਹਾ, ਭਾਈ ਜਿਹਦੇ ਸਰੀਰ ਵਿੱਚ ਕ੍ਰੋਧ ਗੁੱਸਾ ਆਉਂਦਾ, ਜੇ ਉਹ ਗੁੱਸਾ ਲੰਬਾ ਸਮਾਂ ਰਹਿਣ ਲੱਗ ਜਾਏ ਉਹ ਸਰੀਰ ਰੋਗੀ ਹੋਣ ਲੱਗ ਜਾਏਗਾ। ਉਸ ਸਰੀਰ ਨੂੰ BP, ਬਲੱਡ ਪ੍ਰੈਸ਼ਰ, ਥਾਇਰਾਇਡ, ਇਹ ਬਿਮਾਰੀਆਂ ਘੇਰਦੀਆਂ ਨੇ। ਕਿਉਂ? ਉਹਦੇ ਅੰਦਰ ਕ੍ਰੋਧ ਰਹਿਣ ਲੱਗ ਪਿਆ। ਇਹ ਰੋਗ ਰੱਬ ਨੇ ਥੋੜ੍ਹੀ ਲਾਏ ਨੇ, ਰੱਬ ਨੇ ਇਹ ਰੋਗ ਨਹੀਂ ਲਾਏ, ਇਹ ਸਰੀਰ ਨੂੰ ਰੋਗ ਕਿੱਥੋਂ ਲੱਗੇ? ਕਿਉਂਕਿ ਮਨ 'ਚ ਕ੍ਰੋਧ ਰੱਖਣ ਲੱਗ ਪਏ। ਸਾਹਿਬ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਾਈ। ਭਾਈ ਤੇਰੇ ਸਰੀਰ ਨੂੰ ਰੋਗ ਨਹੀਂ ਲੱਗਣੇ ਜੇ ਤੂੰ ਗੁੱਸਾ ਨਾ ਮਨ 'ਚ ਲਿਆਵੇਂ, ਗੁੱਸਾ ਮਨ ਨਾ ਹੰਢਾਏ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਅਰਥ ਰੱਖੇ, ਭਾਈ ਗੁੱਸਾ ਆਉਣਾ ਅਲੱਗ ਗੱਲ ਹੈ, ਗੁੱਸਾ ਹਟਾਉਣਾ ਅਲੱਗ ਗੱਲ ਹੈ।